ਸਤਿ ਸ਼੍ਰੀ ਅਕਾਲ, ਮੈਂ ਉਮੇਸ਼ ਸ਼ਰਮਾ ਤੇ ਨਿਊਜ਼ 18 ਦੀ ਇਲੈਕਸ਼ਨ ਵੈਨ ਪਹੁੰਚ ਚੁੱਕੀ ਹੈ ਜੀ ਸਮਾਣਾ। ਉਹੀ ਗੱਲ, 2024 ਦਾ ਚੈਂਪੀਅਨ ਕੌਣ? ਲੋਕ ਸਭਾ ਪਟਿਆਲਾ। ਬਹੁਤ ਇਕੱਠ ਹੈ, ਸ਼ੋਰਟ 'ਚ ਸਵਾਲ ਲਵਾਂਗੇ, ਸ਼ੁਰੂਆਤ ਕਰਾਂਗੇ ਮਹਿਲਾਵਾਂ ਤੋਂ। ਕੀ ਨਾਮ ਹੈ ਜੀ ਤੁਹਾਡਾ? ਸੁਰਿੰਦਰ ਕੌਰ। ਸੁਰਿੰਦਰ ਜੀ, 2024 ਦੀ ਚੋਣਾਂ ਆ ਚੁੱਕੀਆਂ ਨੇ, ਸਾਡਾ ਵੀ ਸਲੋਗਨ ਹੈ 24 ਦਾ ਚੈਂਪੀਅਨ ਕੌਣ। ਇਹ ਤਾਂ 4 ਜੂਨ ਨੂੰ ਪਤਾ ਚੱਲੇਗਾ, ਪਰ ਮੁੱਦੇ ਕੀ ਨੇ, ਮਸਲੇ ਕੀ ਨੇ? ਸਾਂਸਦ ਜਿਹੜੋ ਭੇਜੋਗੇ ਤਾਂ ਦਿਮਾਗ 'ਚ ਕੀ ਮੁੱਦੇ ਰਹਿਣਗੇ? ਮੁੱਦੇ ਤਾਂ ਇਹੀ ਨੇ ਜੀ, ਜਿਹੜੇ ਮਤਲਬ ਪਿਛਲੀਆਂ ਸਰਕਾਰਾਂ ਨੇ ਕੋਈ ਕੰਮ ਨਹੀਂ ਕੀਤਾ। ਪਿਛਲੇ MP ਸਾਡੇ ਮਹਾਰਾਣੀ ਪਰਨੀਤ ਕੌਰ ਉੱਥੇ ਜਾ ਕੇ ਕੁਛ ਨਹੀਂ ਜੀ ਬੋਲਦੇ ਹੈਗੇ। ਸਾਡੇ ਸਮਾਣੇ ਦਾ, ਪਟਿਆਲੇ MP ਸੀਟ ਦਾ ਕੋਈ ਮੁੱਦਾ ਉੱਥੇ ਜਾ ਕੇ ਨਹੀਂ ਚੱਕਿਆ, ਇੱਕ ਦਿਨ ਹਾਜ਼ਰੀ ਵੀ ਨਹੀਂ ਲੱਗੀ। ਅਤੇ ਸਾਨੂੰ ਐਵੇਂ ਦਾ ਕੈਂਡੀਡੇਟ ਚਾਹੀਦਾ ਜਿਹੜਾ ਸਾਡੇ ਹਲਕੇ ਦੇ, ਸਾਡੇ ਪਟਿਆਲੇ MP ਸੀਟ ਦੇ ਜਿਹੜੇ ਮੁੱਦੇ ਨੇ ਉੱਥੇ ਜਾ ਕੇ ਚੱਕੇ। ਪਰ ਹੈ ਕੀ ਇਸ਼ੂ, ਕੀ ਹੈ ਉਹ ਹੀ ਮੈਂ ਪੁੱਛ ਰਿਹਾ, ਕਿ ਇਸ਼ੂ ਕੀ ਹੈ? ਮਤਲਬ ਮਹਾਰਾਣੀ ਨੂੰ ਪਤਾ, ਪਰ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮੰਗਤ ਮਵੀ ਹੈ ਜੀ। ਮੰਗਤ ਜੀ, ਇਸ਼ੂ ਕੀ ਨੇ? ਮੈਂ ਉਹੀ ਪੁੱਛ ਰਿਹਾ ਕਿ ਜਿਹੜਾ ਜਦੋਂ ਮੁੱਦਾ ਤਾਂ ਹੁੰਦਾ ਨਾ, ਕੋਈ ਵੋਟ ਪਾਉਣ ਦਾ, ਕਿਹਨੂੰ ਪਾਉਣਾ, ਮੁੱਦੇ ਕੀ ਨੇ? ਮੁੱਦੇ ਸਰ, ਫਿਲਹਾਲ ਤਾਂ ਸਾਡੀਆਂ ਭੈਣਾਂ ਖੜੀਆਂ ਨੇ, ਮੈਨੂੰ ਇਹ ਨਹੀਂ ਸਮਝ ਇਹਨਾਂ ਨੇ ਕਿਉਂ ਨਹੀਂ ਕਿਹਾ 1000 ਰੁਪਏ ਨਹੀਂ ਮੰਗਿਆ ਇਹਨਾਂ ਨੇ ਸਰਕਾਰ ਤੋਂ। ਅੱਛਾ, ਹਾਂ, ਇਹ ਵੱਡਾ ਮੁੱਦਾ ਹੈ। ਦੇਖੋ, ਉਹਨਾਂ ਨੇ ਕਿਹਾ ਸੀ ਵੀ ਹਰ ਇੱਕ ਲੇਡੀਜ਼ ਨੂੰ 1000 ਰੁਪਏ ਦੇਵਾਂਗੇ, ਸਾਡੇ ਘਰੇ 3 ਲੇਡੀਜ਼ ਨੇ, ਹੁਣ ਤੱਕ ਤਾਂ 3600 ਰੁਪਏ ਬਣਦਾ। ਅੱਛਾ, ਆਇਆ ਨਹੀਂ, ਇਹੀ ਮੁੱਦਾ ਹੈ? ਵੱਡਾ ਮੁੱਦਾ ਹੈ ਜੀ, ਕਿਉਂਕਿ ਦੇਖੋ ਫੇਕ ਪ੍ਰੋਮਿਸ, ਬੋਗਸ ਪ੍ਰੋਮਿਸ ਕਰਕੇ ਸਰਕਾਰ ਬਣਾਈ ਹੈ, ਤਾਂ ਉਹਦਾ ਇਹਨਾਂ ਨੂੰ ਜਵਾਬ ਤਾਂ ਦੇਣਾ ਪਊਗਾ ਨਾ, ਵੋਟਾਂ ਹੀ ਦੇਣਾ ਪੈਂਦਾ। ਅਤੇ ਇੱਕ VIP ਕਲਚਰ ਨਹੀਂ ਖਤਮ ਹੋਇਆ, ਕਰਪਸ਼ਨ ਨਹੀਂ ਖਤਮ ਹੋਈ, ਨਸ਼ਾ ਨਹੀਂ ਖਤਮ ਹੋਇਆ, ਲੁੱਟ ਖਸੁੱਟ ਨਹੀਂ ਖਤਮ ਹੋਈ, ਚੋਰੀਆਂ ਨਿਤ ਆਏ ਦਿਨ ਘੰਟੇ ਮਗਰੋਂ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ? ਰੁਪਿੰਦਰ ਕੌਰ। ਤੁਹਾਡਾ ਕੀ ਇਸ਼ੂ ਹੈ? ਸਰ, ਰੇਲਵੇ ਸਟੇਸ਼ਨ ਦਾ ਮੁੱਦਾ ਹੈ ਸਾਡਾ। ਅੱਛਾ ਜੀ, ਉਹ ਕਾਫੀ ਪੂਰੇ ਵੀ ਹੋਏ ਆ ਸਾਡੇ ਮੁੱਦੇ, ਐਸੀ ਕੋਈ ਗੱਲ ਨਹੀਂ ਹੈਗੀ। ਸਾਡੇ ਮੰਤਰੀ ਸਾਹਿਬ ਬਹੁਤ ਵਧੀਆ ਨੇ, ਕੰਮ ਅੱਗੇ ਵੀ ਚੱਲਣਗੇ, ਹੋਣਗੇ। 2 ਸਾਲ ਦੀ ਸਰਕਾਰ ਹੋਈ ਹੈ, 3 ਸਾਲ ਦੀ ਰਹਿੰਦੀ ਹੈ, ਕੰਮ ਸਾਰੇ ਹੋਣਗੇ ਸਰ। ਕਾਂਗਰਸ ਵੀ ਦੇਖ ਲਈ, ਹੋਰ ਵੀ ਪਾਰਟੀ ਦੇਖ ਲਈਆਂ ਸਾਰੀਆਂ, ਹੁਣ ਅਸੀਂ ਆਮ ਆਦਮੀ ਪਾਰਟੀ ਨੂੰ ਸਪੋਰਟ ਕਰ ਰਹੇ ਹਾਂ ਪੂਰੀ ਤਰ੍ਹਾਂ। ਮਤਲਬ ਆਮ ਆਦਮੀ ਪਾਰਟੀ ਨੇ ਬਹੁਤ ਕੰਮ ਕੀਤੇ ਨੇ, ਦੇਖੋ ਬਿਜਲੀ ਫ੍ਰੀ ਕਰਤੀ ਹਰ ਇੱਕ ਬੰਦੇ ਦੀ, ਬਹੁਤ ਕੰਮ ਕੀਤੇ ਨੇ। ਮੈਂ ਕਹਿੰਦਾ ਕਰਪਸ਼ਨ ਘੱਟ ਗਈ, ਆਹ ਮੁਹੱਲਾ ਕਲੀਨਿਕ ਬਣ ਗਏ, ਇੰਨਾ ਵਧੀਆ ਕੰਮ ਹੋ ਰਿਹਾ ਜਿਹਦਾ ਕੋਈ ਹਿਸਾਬ ਨਹੀਂ। ਕੋਈ ਬੰਦੇ ਨੌਕਰੀ ਫ੍ਰੀ ਮਿਲ ਰਹੀ ਹੈ, ਕੋਈ ਰਿਸ਼ਵਤ ਨਹੀਂ ਹੈਗੀ, ਹਰ ਤਰ੍ਹਾਂ। ਅਸੀਂ ਹੁਣ ਚਾਹੁੰਦੇ ਹਾਂ ਵੀ ਜਿਹੜੇ ਪੰਜਾਬ ਦੇ ਪੈਸੇ ਸੈਂਟਰਲ ਗਵਰਨਮੈਂਟ ਨਹੀਂ ਦੇ ਰਹੀ, ਮੋਦੀ ਧੱਕਾ ਕਰ ਰਿਹਾ, ਕੇਜਰੀਵਾਲ ਨੂੰ ਅੰਦਰ ਕਰਤਾ, ਵੀ ਉਹ ਸਾਰੇ ਜਦ ਹੁਣ ਅੰਦਰ ਸਾਡੇ ਬੰਦੇ ਜਾਣਗੇ 13 MP, ਤਾਂ ਪਤਾ ਲੱਗਿਆ ਵੀ ਹਾਂ ਕੀ ਬਣੀ ਹੈ ਗੱਲ, ਸਾਡੇ ਸਾਰੇ ਫੰਡ ਵਾਪਸ ਆਣਗੇ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸੁਮਨ ਹੈ ਜੀ। ਹਾਂਜੀ, ਤੁਹਾਡਾ ਕੀ ਹੈ ਜਾਂ ਇਸ਼ੂ ਐਡਾ ਪੰਜਾਬ, ਤੁਹਾਨੂੰ ਕੀ ਲੱਗਦਾ? ਪਹਿਲਾ ਤਾਂ ਇਸ਼ੂ ਹੈ ਜੀ ਕਿ ਆਪਣਾ ਇਹ 1000 ਰੁਪਏ ਦਾ ਮੁੱਦਾ ਚੱਕਣ ਵਾਲਾ ਆਪਣਾ ਹੋਣੇ, ਤੇ ਦੂਜਾ ਇੱਕ ਆਪਣਾ ਜਿਵੇਂ ਹੁਣ ਆਪਾਂ ਨੇ ਪੈਨਸ਼ਨ ਦਾ ਕਿਹਾ ਸੀਗਾ ਕਿ 2500-2500 ਰੁਪਏ ਹੋਣ, ਤੇ ਇਹ ਮੁੱਦਾ ਵੀ ਉੱਪਰ ਰੱਖਿਆ ਜਾਵੇ ਜੀ। 1000 ਤੇ ਪੈਨਸ਼ਨ? ਹਾਂਜੀ, ਤੇ ਦੇਖੋ ਕੰਮ ਹੋ ਰਹੇ ਨੇ, ਬਹੁਤ ਹੋ ਰਹੇ ਨੇ, ਦੇਖੋ ਬੱਚੇ ਵੀ ਨੇ ਵਧੀਆ, ਦੇਖੋ ਆਪਾਂ ਕਈ ਇਹੋ ਜਿਹੇ ਪਰਿਵਾਰ ਨੇ ਨਹੀਂ ਇੰਗਲਿਸ਼ ਮੀਡੀਅਮ ਚ ਪੜ੍ਹਾ ਸਕਦੇ, ਇਹ ਵੀ ਕਰਤੇ ਨੇ, ਇਹੋ ਜਿਹੀ ਗੱਲ ਨਹੀਂ ਹੈਗੀ ਕਿ ਹੋ ਨਹੀਂ ਰਹੇ, ਮਤਲਬ ਮੁੱਦੇ ਤੁਹਾਡੇ ਇਹ ਨੇ। ਬਿਲਕੁਲ, ਹੋਰ ਤੁਹਾਡੇ ਕੀ ਨਾਮ ਜੀ? ਤੁਹਾਡਾ? ਪ੍ਰਿਥਪਾਲ ਸਿੰਘ ਰੁਵੇਲ। ਤੁਹਾਡੇ ਇਹ ਇਹਨਾਂ ਦੇ ਇਸ਼ੂ ਨੇ? ਨਹੀਂ, ਦੇਖੋ ਸਿੱਖਿਅਕ ਢਾਂਚੇ ਨੂੰ ਬਿਹਤਰ ਕੀਤਾ ਜਾ ਸਕਦਾ, ਤੇ ਸਿਹਤ ਸਹੂਲਤਾਵਾਂ ਜਿਵੇਂ ਦਿੱਲੀ ਦੇ ਵਿੱਚ ਨੇ, ਕੇਜਰੀਵਾਲ ਸਾਹਿਬ ਨੇ ਉੱਥੇ, ਮਨੀਸ਼ੀ ਸ਼ੋਦੇ ਸਾਡੇ ਉੱਥੇ ਆਪਣੇ ਸਿੱਖਿਅਕ ਮੰਤਰੀ ਸੀਗੇ, ਉਹਨਾਂ ਨੇ ਦੇਖੋ ਸਿੱਖਿਆ ਦੇ ਕਿੰਨੇ ਵਧੀਆ ਢਾਂਚੇ, ਜਿਹੜੇ ਸਰਕਾਰੀ ਸਕੂਲ ਸੀ ਕਾਨਵੈਂਟ ਸਕੂਲਾਂ ਦੀ ਟੱਕਰ ਦੇ ਬਣਾਤੇ, ਤੇ ਅਸੀਂ ਆਸ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਜਿਹੜੇ MP ਬਣਨਗੇ ਉਹ ਸੰਸਦ ਦੇ ਵਿੱਚ ਆਵਾਜ਼ ਬੁਲੰਦ ਕਰਨਗੇ, ਅਤੇ ਪੰਜਾਬ ਦੇ ਵਿੱਚ ਵੀ ਉਹ ਜਿਹੜਾ ਸਿੱਖਿਆ ਐਜੂਕੇਸ਼ਨ ਆ ਸਿਸਟਮ ਆ ਉਹਨੂੰ ਦਿੱਲੀ ਦੇ ਤਰਜ਼ 'ਤੇ, ਅਤੇ ਆਪਣਾ ਹੈਲਥ ਸਹੂਲਤਾਵਾਂ ਨੇ ਉਹ ਦਿੱਲੀ ਦੇ ਤਰਜ਼ 'ਤੇ ਬਿਹਤਰ ਕੀਤੇ ਜਾਣਗੇ। ਤੁਹਾਡਾ ਨਾਮ ਕੀ ਹੈ ਜੀ? ਗੁਰਦੇਵ ਸਿੰਘ। ਗੁਰਦੇਵ ਜੀ, ਕੀ ਮੁੱਦੇ ਰਹਿਣਗੇ 2024 ਦੇ ਚੋਣ ਆ ਗਏ ਨੇ?
ਸਰ ਮੁੱਦੇ ਤਾਂ ਮਤਲਬ ਉਹੀ ਨੇ ਜਿਹੜੇ ਹਜੇ ਤੱਕ ਪਿਛਲੀਆਂ ਸਰਕਾਰਾਂ ਨੇ ਹੱਲ ਨਹੀਂ ਕਰੇ। ਲਗਾਤਾਰ 70-75 ਸਾਲ ਉਹਨਾਂ ਨੇ ਰਾਜਨੀਤੀ ਦਾ ਨਿੱਘ ਮਾਣਿਆ, ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੇ ਨੇ, ਪਰ ਕਰਿਆ ਕੱਖ ਨਹੀਂ ਹੈਗਾ। ਸਭ ਤੋਂ ਵੱਡਾ ਮੁੱਦਾ ਤਾਂ ਜਿਹੜਾ ਤਕਰੀਬਨ 8,500 ਕਰੋੜ ਰੁਪਈਆ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਦਾ, ਉਹ ਕੇਂਦਰ ਸਰਕਾਰ ਨੇ ਸਾਡੇ ਨਾਲ ਉਹਦਾ ਬਿਹਤਰ ਤੁਸੀਂ ਜਾਣਦੇ ਹੋ ਵੀ ਉਹ ਰੋਕਿਆ ਹੋਇਆ, ਜਿਹਦੇ ਕਰਕੇ ਜਿੱਥੇ ਹੁਣ ਅਸੀਂ ਪੰਜਾਬ ਦੇ ਵਿੱਚ ਆਪਣਾ ਜਿੱਥੇ ਸਾਡੇ ਪੰਜਾਬ ਦੇ ਵਿੱਚ ਮਤਲਬ ਜਿਹੜੀ ਡਿਵੈਲਪਮੈਂਟ ਰੁਕੀ ਹੋਈ ਹੈ, ਸੜਕਾਂ ਰੁਕੀਆਂ ਹੋਈਆਂ ਨੇ, ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਇੱਥੇ ਸਾਡੀ ਬਣੀ ਹੋਈ ਹੈ ਇਸ ਵੇਲੇ ਲੋਕਾਂ ਨੇ ਬਣਾਈ ਹੈ, ਅਤੇ ਉਹਨਾਂ ਨੂੰ ਲਗਾਤਾਰ ਇਹਨਾਂ ਨੂੰ ਮਤਲਬ ਰੋਕਿਆ ਜਾ ਰਿਹਾ ਕੰਮ ਕਰਨ। ਸੈਂਟਰ ਫੰਡ ਦਾ ਇਸ਼ੂ ਤੁਹਾਡਾ? ਬਿਲਕੁਲ, ਸੈਂਟਰ ਫੰਡ ਦਾ ਇਸ਼ੂ ਹੈ ਜੀ। ਕੀ ਨਾਮ ਹੈ ਤੁਹਾਡਾ? ਕੁਲਦੀਪ ਵਿਰਕੇ। ਫਟਾਫਟ ਦੱਸੋ ਮੁੱਦਾ ਕੀ ਹੈ? ਮੁੱਦਾ ਇਸ ਤਰ੍ਹਾਂ ਵੀ ਮਹਾਰਾਣੀ ਸਾਹਿਬਾ ਇੱਥੋਂ 3 ਵਾਰ ਇਲੈਕਸ਼ਨ ਜਿੱਤੇ ਨੇ, ਰੇਲ ਗੱਡੀ ਦੀ ਲਾਈਨ ਦਾ ਮੁੱਦਾ ਲੈ ਕੇ ਇੱਥੋਂ ਚੱਲੇ ਸੀ, ਪਰ ਅਜੇ ਤੱਕ ਸਮਾਣੇ 'ਚ ਰੇਲ ਗੱਡੀ ਦੀ ਲਾਈਨ ਨਹੀਂ ਬਣਾਈ ਜੀ ਉਹਨਾਂ। ਪਾਰਲੀਮੈਂਟ 'ਚ 3 ਵਾਰ ਜਿੱਤ ਚੁੱਕੇ ਨੇ, ਅਤੇ ਅਸੀਂ ਇਹੀ ਕਹਿੰਦੇ ਹਾਂ ਵੀ ਵਿਕਾਸ ਚਾਹੀਦਾ। ਆਮ ਆਦਮੀ ਪਾਰਟੀ ਨੇ ਬਹੁਤ ਵਿਕਾਸ ਕੀਤਾ ਹੈ। ਜਿਹੜਾ ਪਾਣੀ ਜਿਹੜਾ ਧਰਤੀ ਦਾ ਨੀਚੇ ਜਾ ਰਿਹਾ ਸੀ ਬਹੁਤ ਵੱਡਾ ਮੁੱਦਾ ਸੀ, ਅਤੇ ਨਹਿਰੀ ਪਾਣੀ ਜਿਹੜਾ ਹਰ ਜ਼ਮੀਨ ਤੱਕ ਹਰ ਪੱਧਰ ਤੱਕ ਪਹੁੰਚ ਰਿਹਾ ਹੈ। ਇਸ ਕਰਕੇ ਆਮ ਆਦਮੀ ਪਾਰਟੀ ਤੋਂ ਬਹੁਤ ਖੁਸ਼ ਹਾਂ, ਅਤੇ ਆਮ ਆਦਮੀ ਪਾਰਟੀ ਨੂੰ ਇਸ ਵਾਰ ਵੋਟਾਂ ਪਾਵਾਂਗੇ ਪਵਾਵਾਂਗੇ। ਤੁਹਾਡਾ ਕੀ ਨਾਮ ਹੈ? ਵਿਕਾਸ ਵਰਮਾ। ਵਰਮਾ ਜੀ, ਇਹ ਸਭ ਦੇ ਵੱਖ ਵੱਖ ਇਸ਼ੂ ਨੇ, ਵੱਖ ਵੱਖ ਪਾਰਟੀਆਂ ਵੀ ਪਸੰਦ ਨੇ, ਤੁਹਾਡਾ ਮੁੱਦਾ ਮਤਲਬ ਮਸਲਾ ਕੀ ਹੈ? ਸਾਡਾ ਮੁੱਦਾ ਇਹ ਹੈ ਜੀ, ਪਿਛਲੇ ਜਿਹੜੀ ਸੈਂਟਰ ਦੇ ਵਿੱਚ ਮੋਦੀ ਸਰਕਾਰ ਆ, ਉਹਨੇ ਵੱਡੇ ਘਰਾਨਿਆਂ ਦੇ ਲੋਨ ਮਾਫ਼ ਕਰਤੇ, ਛੋਟੇ ਵਪਾਰੀ ਵੱਲ ਉਹਨਾਂ ਨੇ ਕੋਈ ਧਿਆਨ ਨਹੀਂ ਦਿਆ ਹੈਗਾ। ਤਾਂ ਅਸੀਂ ਤਾਂ ਇਹੀ ਚਾਹਵਾਂਗੇ ਵੀ ਜਿਹੜਾ ਸਾਡਾ ਕੈਂਡੀਡੇਟ ਇੱਥੋਂ ਅਸੀਂ ਜਿਤਾ ਕੇ ਭੇਜਾਂਗੇ, ਉਹ ਸਾਡੇ ਵਪਾਰੀਆਂ ਦੇ ਮੁੱਦੇ ਚੱਕੇ ਤਾਂ ਜੋ ਛੋਟੇ ਵਪਾਰੀ ਦਾ ਰੁਜ਼ਗਾਰ ਵਪਾਰ ਵੱਧ ਸਕੇ ਅਤੇ ਰੋਜ਼ਗਾਰ ਵੱਧ ਸਕੇ। ਤੁਹਾਡਾ ਇਸ਼ੂ ਕੀ ਹੈ ਜੀ? ਕੀ ਨਾਮ ਹੈ? ਬਾਲ ਕ੍ਰਿਸ਼ਨ ਗਰਗ ਜੀ। ਇੱਥੇ ਜੀ ਸਾਰੇ ਲੋਕ ਜਿਹੜੇ ਮੀਡੀਅਮ ਕਲਾਸ ਦੇ ਨੇ, ਇੱਥੇ ਸਭ ਤੋਂ ਵੱਡੀ ਗੱਲ ਆ ਜਿਹੜੀ ਪਬਲਿਕ ਕਾਲਜ ਸਰਕਾਰੀ ਹੋਣਾ ਚਾਹੀਦਾ, ਉਰੇ ਸਰਕਾਰੀ ਕਾਲਜ ਹੀ ਨਹੀਂ ਕੋਈ ਇੱਥੇ ਦਾ, ਅਤੇ ਉਰੇ ਪਾਣੀ ਦੀ ਨਿਕਾਸੀ ਨਹੀਂ ਹੈਗੀ, ਉਰੇ ਪਾਣੀ ਮੀਂਹ ਪੈਂਦਾ, ਬਰਸਾਤ ਪੈਂਦੀ ਆ, ਗੋਡੇ ਗੋਡੇ ਪਾਣੀ ਖੜ੍ਹ ਜਾਂਦਾ ਜੀ, ਬੱਸ ਸਟੈਂਡ 'ਚ ਖੜ੍ਹ ਜਾਂਦਾ, ਸਾਰੇ ਕਿਤੇ ਖੜ੍ਹ ਜਾਂਦਾ। ਇਹ ਇੱਕ ਵੱਡਾ ਤੁਹਾਨੂੰ ਲੱਗਦਾ ਇਸ਼ੂ ਹੈ? ਇਹ ਵੱਡਾ ਸਭ ਤੋਂ ਲੋਕ ਸਭਾ ਚੋਣਾਂ ਦਾ? ਲੋਕ ਸਭਾ ਦਾ ਚੋਣਾਂ ਦਾ। ਬਿਲਕੁਲ, ਸਾਰਿਆਂ ਦੇ ਵੱਖ ਵੱਖ ਇਸ਼ੂ ਨੇ ਹੋਰ ਜਾਣਾਂਗੇ। ਕੀ ਨਾਮ ਹੈ ਤੁਹਾਡਾ? ਹਰਮੇਸ਼ ਸ਼ਰਮਾ ਜੀ। ਤੁਹਾਡੇ ਕੀ ਇਸ਼ੂ ਨੇ ਸ਼ਰਮਾ ਜੀ? ਕਹਿੰਦੇ ਪਾਣੀ ਦਾ ਇਸ਼ੂ ਹੈ, ਐਜੂਕੇਸ਼ਨ 1,000 ਰੁਪਏ ਪੈਨਸ਼ਨ, ਛੋਟੇ ਵਪਾਰੀਆਂ ਵੱਲ ਧਿਆਨ ਨਹੀਂ, ਤੁਹਾਡਾ ਇਸ਼ੂ ਕੀ ਹੈ? ਸਾਡਾ ਇਸ਼ੂ ਤਾਂ ਜ਼ੋਰ ਨਾਲ ਬੋਲੋ, ਵੈਸੇ ਸਾਡਾ ਬਿਜਲੀ ਮਾਫ਼ ਹੈ, ਪੰਜਾਬ ਸਰਕਾਰ ਵਧੀਆ ਕੰਮ ਕਰ ਰਹੀ ਹੈ, ਜਿਹੜਾ ਅਸੀਂ ਕੈਂਡੀਡੇਟ ਚੁਣ ਕੇ ਭੇਜੀਏ, ਕਿਸਾਨਾਂ ਦੇ ਮੁੱਦੇ ਚੱਕੇ, ਸਾਰਾ ਟ੍ਰੇਨ ਪਾਤਰਾਂ ਤੋਂ ਪਟਿਆਲਾ ਤੱਕ ਟ੍ਰੇਨ ਲੱਗਣੀ ਚਾਹੀਦੀ ਹੈ, ਉਹਦੇ ਮੁੱਦੇ ਚੱਕਣ, ਜਿਹੜੇ ਅਸੀਂ ਪਹਿਲਾਂ ਚੁਣ ਕੇ ਭੇਜੇ ਸੀ ਉਹ ਕਹਿੰਦੇ ਸੀ ਟ੍ਰੇਨ 'ਚ ਚੜ੍ਹ ਕੇ ਆਵਾਂਗੇ ਜੇ ਜਿੱਤ ਗਏ, ਉਹਨਾਂ ਨੇ ਕੋਈ ਟ੍ਰੇਨ ਨਹੀਂ ਲਾਈ। ਮੇਰਾ ਨਾਮ ਜੋਰਾ ਸਿੰਘ ਹੈ ਜੀ। ਜੋਰਾ ਸਿੰਘ ਜੀ, ਕੀ ਮਸਲਾ ਜਦੋਂ ਵੋਟ ਪਾਉਣ ਜਾਓਗੇ? ਮੈਂ ਮਤਲਬ ਇਸ ਸਰਕਾਰ ਤੋਂ ਬਿਲਕੁਲ ਸੰਤੁਸ਼ਟ ਨਹੀਂ ਹੈਗਾ, ਕਿਉਂਕਿ ਅਸੀਂ ਜੋ ਮੁਲਾਜ਼ਮ ਮਤਲਬ 30-30 ਸਾਲ ਨੌਕਰੀ ਕਰਕੇ ਅਸੀਂ ਅੱਜ ਉਹ 2016 ਤੋਂ ਜੋ ਸਾਡਾ ਬਕਾਇਆ ਪਿਆ ਉਹ ਬਿਲਕੁਲ ਉੱਥੋਂ ਸੈਂਟਰ ਵੱਲੋਂ ਆ ਰਿਹਾ, ਪਰ ਇਹ ਸਰਕਾਰ ਬਿਲਕੁਲ ਇਹ ਜਿਹੜੇ ਪੈਸੇ ਆਉਂਦੇ ਨੇ ਉਹ ਬਿਲਕੁਲ ਆਪੇ ਹੀ ਖਾ ਜਾਂਦੀ ਹੈ, ਅਤੇ ਨਾ ਕੋਈ ਸਾਡੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਨੂੰ DA ਮਿਲਦਾ, ਅਤੇ ਕੋਈ ਪੈਸਾ ਸਾਨੂੰ ਮਿਲਦਾ ਨਹੀਂ ਹੈਗਾ। ਜੋ ਪਹਿਲਾਂ ਦੇ ਕੇ ਗਿਆ ਉਹ ਸਰਦਾਰ ਚੰਨੀ ਦੇ ਗਿਆ, ਭਾਵੇਂ ਉਹ ਡੇਢ ਮਹੀਨਾ ਰਿਹਾ, ਭਾਵੇਂ 3 ਮਹੀਨਾ ਰਿਹਾ, ਉਹ ਸਾਨੂੰ ਮੁਲਾਜ਼ਮਾਂ ਨੂੰ ਦੇ ਗਿਆ। ਉਸ ਤੋਂ ਬਾਅਦ ਇਸ ਸਰਕਾਰ ਨੇ ਬੇੜਾ ਗਰਕ ਕਰਤਾ ਸਾਡੇ ਮੁਲਾਜ਼ਮਾਂ ਦਾ ਜੋ ਰੱਖੇ ਨੇ, ਕਿਉਂ ਉਹਨਾਂ ਨੂੰ 25-25 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਨੂੰ। ਤੁਹਾਡਾ ਲਈ ਇਸ਼ੂ ਇਹ ਹੈ ਮੁਲਾਜ਼ਮਾਂ ਦਾ? ਹਾਂ, ਤਾਂ ਸਭ ਦੇ ਇਸ਼ੂ ਅਸੀਂ ਦੇਖਿਆ, ਹੋਰ ਗੱਲ ਅਸੀਂ ਕਰਾਂਗੇ। ਹਾਂਜੀ, ਕੀ ਨਾਮ ਹੈ ਤੁਹਾਡਾ? ਸਰ, ਮੇਰਾ ਲੱਖਾ ਸਿੰਘ ਨਾਮ ਹੈ। ਹਾਂਜੀ, ਪਬਲਿਕ ਕਾਲਜ ਦਾ ਜਿਹੜਾ ਇਸ਼ੂ ਰੱਖਿਆ ਉਹਨਾਂ ਨੇ ਬਹੁਤ ਵੱਡਾ ਇਸ਼ੂ ਹੈ, ਸਾਰਾ ਕੁਝ ਹੋਇਆ ਪਿਆ ਜੀ, ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ ਜੀ, ਗਰੀਬ ਬੱਚੇ ਘਰਾਂ 'ਚੋਂ ਆਉਂਦੇ ਨੇ, ਕਈ ਤਾਂ ਪੇਪਰ ਵੀ ਨਹੀਂ ਬੱਚੇ ਦੇ ਸਕਦੇ ਹੈਗੇ, ਫੀਸ ਪੱਖੋਂ ਗਰੀਬ ਘਰਾਂ ਦੇ 4 ਫੇਰੇ ਬੱਚੇ ਪੜ੍ਹਦੇ ਨੇ। ਹੋਣਾ ਕੀ ਚਾਹੀਦਾ? ਸਰਕਾਰੀ ਹੋਣਾ ਚਾਹੀਦਾ, ਹੋਇਆ ਪਿਆ ਜੀ, ਸਾਰਾ ਕੁਝ ਹੋਇਆ, ਫਾਈਲ ਕੰਪਲੀਟ ਹੋ ਗਈ, ਸਿਰਫ ਅਲਾਊਸਮੈਂਟ ਹੋਣੀ। ਹਾਂਜੀ, ਕਾਲਜ ਗਵਰਨਮੈਂਟ ਹੋਇਆ ਪਿਆ, ਸਾਰਾ ਕੁਝ ਹੋ ਗਿਆ, ਕਾਲਜ ਵੱਲੋਂ ਹੋ ਗਿਆ,
ਮੈਨੇਜਮੈਂਟ ਵੱਲੋਂ ਮਤਾ ਪਾਸ ਹੋ ਗਿਆ। ਕਾਲਜ ਚਾਹੁੰਦੇ ਤੁਸੀਂ ਹੋਣਾ ਚਾਹੀਦਾ, ਤੁਸੀਂ ਕੀ ਚਾਹੁੰਦੇ ਹੋ, ਕੀ ਨਾਮ ਹੈ ਤੁਹਾਡਾ? ਮਦਨ ਮਿੱਤਲ ਮੇਰਾ ਨਾਮ ਆ, ਮੈਂ ਪ੍ਰੈਜ਼ੀਡੈਂਟ ਵੀ ਅਗਰਵਾਲ ਸਭਾ ਦਾ ਔਰ ਇਸ ਮਾਣੇ ਦਾ। ਮੁੱਦਾ ਤਾਂ ਦੇਖੋ, ਸੁਵਿਧਾ ਸੈਂਟਰ ਉਰੇ ਸਵੇਰੇ, ਮੈਂ ਮੇਰਾ ਘਰ ਨਾਲ ਹੀ ਆ, ਸਵੇਰੇ 4 ਵਜੇ ਲਾਈਨਾਂ ਲੱਗ ਜਾਂਦੀਆਂ ਦੀਆਂ। ਜਦੋਂ ਦੀ ਸਰਕਾਰ ਚੇਂਜ ਹੋਈ ਆ, ਕੋਈ ਲਾਈਨ ਨਹੀਂ, ਕੁਛ ਨਹੀਂ ਹੋ ਗਿਆ, ਆਟੋਮੈਟਿਕ ਕੰਮ ਹੋ ਰਹੇ ਨੇ। ਜਨਰਲ ਕੈਟਾਗਰੀ ਨੂੰ ਕਦੇ ਬਿਜਲੀ ਦਾ ਮਾਲ ਬਿੱਲ ਮਾਫ ਹੋਇਆ? 600 ਯੂਨਿਟ ਕਿਹਨੂੰ ਮਿਲੀ ਆ ਹਿੰਦੁਸਤਾਨ 'ਚ? ਇਕੱਲੇ ਪੰਜਾਬ 'ਚ ਮਿਲ ਰਹੀ ਆ। ਨੌਕਰੀਆਂ ਨੇ ਕਦੇ ਜਨਰਲ ਕੈਟਾਗਰੀ ਨੂੰ ਮਿਲੀਆਂ ਨੇ? ਸਮਾਣੇ ਦੇ ਬੱਚੇ ਮਿਲਣ ਨਾ ਨਾ ਕਰਦੇ, ਸਾਡੇ ਇਲਾਕੇ ਦਾ 1000 ਬੱਚਾ ਨੌਕਰੀ ਲੱਗ ਗਿਆ, ਜਿਹੜੇ ਜਮੀ ਗਰੀਬ ਘਰਾਂ ਦੇ ਨੇ, ਜਿਹੜੇ ਰੇਹੜੀਆਂ ਨੇ। ਇੱਕ ਬੱਚਾ ਜਾ ਕੇ ਸਬਜ਼ੀ ਮੰਡੀ ਜਾ ਕੇ, ਕੋਈ ਤੁਹਾਡੇ ਲਈ ਜਾਂ ਨਹੀਂ? ਕੋਈ ਨਹੀਂ, ਬਹੁਤ ਵਧੀਆ ਕੰਮ ਕਰ ਰਹੀ ਆ ਆਮ ਆਦਮੀ। ਇਹਨਾਂ ਦਾ ਇਸ਼ੂ ਕੋਈ ਨਹੀਂ, ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਮਨਿੰਦਰ ਹਾਂਡਾ। ਕੀ ਇਸ਼ੂ ਹੈ ਜੀ ਤੁਹਾਡੇ ਲਈ? ਨਹੀਂ ਇਸ਼ੂ ਤਾਂ ਕੋਈ ਨਹੀਂ, ਆਪਣੇ ਜਿਹੜੇ ਬੰਦੇ ਨੇ ਬੇਸਿਕ ਨੀਡਸ ਹੁੰਦੀਆਂ ਨੇ, ਰੋਟੀ ਰੋਟੀ ਕੱਪੜਾ ਔਰ ਮੰਗਾਉਣਾ, ਉਹ ਬੇਸਿਕ ਨੀਡਸ ਨੇ, ਸਰਕਾਰ ਉਸਦੇ ਕੰਮ ਕਰ ਰਹੀ ਆ। ਠੀਕ ਨਾ, ਪਹਿਲਾਂ ਹੈਲਥ ਦਾ ਇਸ਼ੂ ਸੀਗਾ, ਮਹੱਲਾ ਕਲੀਨਿਕ ਬਣ ਗਏ, ਬਹੁਤ ਮੇ ਵੀ 150+ ਜਿਹੜੇ ਟੈਸਟ ਨੇ ਉਹ ਹੋਣ ਲੱਗੇ ਫ੍ਰੀ, ਮੈਂ ਖੁਦ ਕਰਵਾਇਆ ਆਪਣਾ ਲੋਡ ਸੀਗੀ। ਤੁਸੀਂ ਸੈਟੀਸਫਾਈ ਹੋ? ਸੈਟੀਸਫਾਈਡ ਹਾਂ। ਚਲੋ, ਇਹ ਵੀ ਬਹੁਤ ਗੱਲ ਹੈ। ਇੱਕ ਲਾਸਟ ਵਾਲੇ ਤੋਂ ਲੈਂਦੇ ਨੇ। ਹਾਂਜੀ ਹਾਂਜੀ, ਸਾਰਿਆਂ ਨਾਲੋਂ ਮੁੱਦਾ ਵੱਡਾ ਤਾਂ ਹੈ ਹੋਸਪਿਟਲ ਦਾ। ਅਜੇ ਤੱਕ ਹੋਸਪਿਟਲ ਦੇ ਵਿੱਚ ਕੋਈ ਡਾਕਟਰ, ਕੋਈ ਇਹਦਾ ਅਰੇਂਜਮੈਂਟ ਨਹੀਂ ਹੈ। ਜਦੋਂ ਮਰੀਜ਼ ਜਾਂਦਾ, ਮਰੀਜ਼ ਦਾ ਨਾਲ ਅਗਲੇ ਪਟਿਆਲੇ ਨਾਲ ਦੇ ਨਾਲ ਰੈਫਰ ਕਰ ਦਿੰਦੇ ਨੇ, ਰਾਹ ਦੇ ਵਿੱਚ ਹੀ ਕੁਛ ਨਾ ਕੁਛ ਹੋ ਜਾਵੇ। ਸਭ ਤੋਂ ਵੱਡਾ ਇੱਕ ਲਾਸਟ ਵਾਲਾ, ਕਿਉਂਕਿ ਟਾਈਮ ਬਹੁਤ ਘੱਟ ਹੈ। ਹਾਂਜੀ, ਕੀ ਨਾਮ ਹੈ ਤੁਹਾਡਾ? ਤੁਹਾਡੇ ਲਈ ਮੁੱਦਾ ਹੀ ਨਹੀਂ ਕੋਈ? ਅੱਛਾ ਨਹੀਂ ਹੈ ਤੁਹਾਡੇ ਲਈ ਕੋਈ? ਕੋਈ ਮੁੱਦਾ ਨਹੀਂ ਸਰ, ਸਾਡੀ ਸਰਕਾਰ ਵਧੀਆ ਸਰਕਾਰ ਚੱਲ ਰਹੀ ਹੈ, ਸਾਡੇ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ। ਅਸੀਂ ਕਿਸਾਨ ਪਰਿਵਾਰ 'ਚ ਬਿਲੋਂਗ, ਕਿਸਾਨ ਪਰਿਵਾਰ 'ਚ ਬਿਲੋਂਗ ਕਰਨੇ ਆ ਜੀ। 24 ਘੰਟੇ ਲਾਈਟ ਮੋਟਰਾਂ, ਪਹਿਲਾਂ ਦਿਨ ਦੀ ਵਾਰੀ ਹੁੰਦੀ ਸੀ, ਰਾਤ ਨੂੰ ਹੁੰਦੀਆਂ, ਹੁਣ ਦਿਨ ਦੋ। ਹਾਂਜੀ ਮਨਿੰਦਰ ਜੀ, ਕੀ ਮੁੱਦਾ? ਇਸ ਤਰ੍ਹਾਂ ਜੀ, ਇੱਥੇ ਮੇਰੇ ਭਰਾਵਾਂ ਨੇ ਗੱਲ ਕੀਤੀ ਹੈ ਕਿ ਇੱਥੇ ਨਾ ਸੜਕਾਂ ਦਾ ਬਹੁਤ ਵੱਡਾ ਵਿਕਾਸ ਹੋ ਰਿਹਾ, ਜਾਂ 70 ਸਾਲ 'ਚ ਕੁਛ ਨਹੀਂ ਹੋਇਆ। ਤੁਸੀਂ ਆਹੀ ਟੀਮ ਮੇਰੇ ਨਾਲ ਚੱਲੋ, ਇੱਥੇ ਨਾ ਬਾਈਪਾਸ ਬਣ ਰਿਹਾ। ਜੇ ਤੁਸੀਂ ਵੇਖਣਾ ਵਿਕਾਸ, ਤਾਂ ਜੋ ਕਰਪਸ਼ਨ ਦੀ ਕੋਈ ਹੱਦ ਹੈ ਸਮਾਣੇ ਦੇ ਵਿੱਚ, ਜਾ ਕੇ ਬਾਈਪਾਸ ਵੇਖੋ, ਉੱਥੇ ਹਾਲ ਕੀ ਹੋਇਆ ਹੋਇਆ। ਸੜਕ ਬਣੀ ਹੋਈ ਹੈ, ਘਾਹ ਉੱਗ ਰਿਹਾ, ਕੋਈ ਥੱਲੇ ਡਰਾਈਵਰ ਨਹੀਂ, ਕੋਈ ਚੈੱਕ ਨਹੀਂ ਕਰਨ ਜਾ ਰਿਹਾ, ਕੋਈ ਉਹਦਾ ਉਦਘਾਟਨ ਨਹੀਂ, 4 ਕਰੋੜ ਦਾ ਕੰਮ ਹੈ, ਕੋਈ ਦੇਖਣ ਵੀ ਨਹੀਂ ਜਾ ਰਿਹਾ। ਮੁੱਦਾ ਮਤਲਬ ਤੁਹਾਡੇ ਲਈ ਕਰਪਸ਼ਨ? ਬਹੁਤ ਕਰਪਸ਼ਨ ਹੋ ਰਹੀ ਹੈ ਜੀ। ਸੜਕ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰੋ, ਫਿਰ ਤੁਸੀਂ ਇਹ ਲਾਓ, ਚੀਕਾ ਰੋਡ ਦੇ ਮੰਤਰੀ ਸਾਹਿਬ ਦਾ ਘਰ ਹੈ, ਉੱਥੇ ਜਦੋਂ ਆਪਾਂ ਪੁਲ ਉਤਰਦੇ ਹਾਂ, ਜਦੋਂ ਕੋਈ ਵੀ ਗੱਡੀ ਬਾਹਰੋਂ ਆਉਂਦੀ ਹੈ, ਘੱਟੋ ਘੱਟ 1 ਫੁੱਟ ਡੂੰਘਾ ਟੋਇਆ, 2 ਸਾਲ ਦੇ ਵਿੱਚ ਉਹ ਟੋਇਆ ਨਹੀਂ ਭਰਿਆ ਗਿਆ, ਇਹ ਕੀ ਕਰਨਗੇ 70 ਸਾਲਾਂ 'ਚ? ਇਹ ਇਸ਼ੂ ਨੇ ਸਾਡੇ ਨਹੀਂ ਆਪਾਂ ਡਿਬੇਟ ਇੱਥੇ ਇੱਕ ਮਿੰਟ ਭਾਜੀ ਇੱਥੇ ਡਿਬੇਟ ਨਹੀਂ ਹੈ। ਇਹ ਮਸਲੇ ਤੇ ਮੁੱਦੇ ਦੀ ਗੱਲ ਹੈ ਕਿ 2024 'ਚ ਕੌਣ ਬਣੇਗਾ ਚੈਂਪੀਅਨ, ਇਹ ਤਾਂ 4 ਜੂਨ ਨੂੰ ਪਤਾ ਚੱਲੇਗਾ। ਸਮਾਣੇ ਦੇ ਜਿਹੜੇ ਲੋਕ ਨੇ ਵੱਖ ਵੱਖ ਆਪਣੀ ਰਾਏ ਰੱਖਦੇ ਨੇ, ਲੇਕਿਨ ਉਹੀ ਗੱਲ ਹੈ, 4 ਜੂਨ ਨੂੰ ਕੌਣ ਹੋਏਗਾ ਚੈਂਪੀਅਨ। ਬਣੇ ਰਹੋ ਨਿਊਜ਼ 18 ਦੇ ਨਾਲ।